ਟਾਪ ਮਾਡਲ ਇਮਰਾਨ ਦਸ ਮਾਡਲ ਦੀ ਇਮਰਾਨ ਏਸੀ ਵਾਲੀ ਜੀ ਡਾਕੂਮੈਂਟ ਕਲੀਅਰ ਬਾਇਓਮੈਟ੍ਰਿਕ ਕਲੀਅਰ ਤੁਹਾਡੇ ਆਪਣੇ ਨਾਮ ਹੈ ਪੈਸੇ ਦੱਸੋ ਇਹਦੇ ਦੱਸੋ ਜੀ ਸਾਢੇ ਸੱਤ ਲੱਖ ਰੁਪਇਆ ਦਸ ਮਾਡਲ ਦੀ ਇਮਰਾਨ ਸਾਢੇ ਸੱਤ ਲੱਖ ਰੁਪਇਆ ਜੀ ਸਾਢੇ ਸੱਤ ਲੱਖ ਰੁਪਇਆ ਦਸ ਮਾਡਲ ਦੀ ਇਮਰਾਨ ਸਾਢੇ ਸੱਤ ਲੱਖ ਰੁਪਇਆ ਆਫਰ ਦੋ ਗੱਡੀ ਨੂੰ ਪੰਜ ਲੱਖ ਰੁਪਇਆ ਦਸ ਮਾਡਲ ਦੀ ਇਮਰਾਨ ਏਸੀ ਵਾਲੀ 5 ਲੱਖ ਰੁਪਇਆ ਜੀ ਦੌਰ ਦਾ ਨੰਬਰ ਡਾਕੂਮੈਂਟ ਕਲੀਅਰ ਗੱਡੀ ਨਾਲ ਆਪਣੇ ਨਾਮ ਹੈ 5 ਲੱਖ ਰੁਪਇਆ ਤੇ ਸਾਢੇ ਸੱਤ ਲੱਖ ਰੁਪਇਆ ਜੀ 5 ਲੱਖ ਰੁਪਇਆ ਜੀ 5 ਲੱਖ 10 ਹਜ਼ਾਰ ਰੁਪਇਆ ਜੀ 5 ਲੱਖ 10 ਹਜ਼ਾਰ ਰੁਪਇਆ ਦਸ ਮਾਡਲ ਦੀ ਇਮਰਾਨ 5 ਲੱਖ 10 ਹਜ਼ਾਰ ਰੁਪਇਆ ਜੀ 5 ਲੱਖ 10 ਹਜ਼ਾਰ ਰੁਪਇਆ ਇਹ ਕੋਈ 5-10 ਸੱਤੇ ਦਾ ਜੀ 5 ਲੱਖ 10 ਹਜ਼ਾਰ ਰੁਪਇਆ 5 ਲੱਖ 10 ਹਜ਼ਾਰ ਰੁਪਇਆ ਦਸ ਮਾਡਲ ਦੀ ਇਮਰਾਨ ਲਾਹੌਰ ਦਾ ਨੰਬਰ ਡਾਕੂਮੈਂਟ ਕਲੀਅਰ 5 ਲੱਖ 10 ਹਜ਼ਾਰ ਰੁਪਇਆ 5 ਲੱਖ 10 ਹਜ਼ਾਰ ਰੁਪਇਆ ਜੀ 5 ਲੱਖ 20 ਹਜ਼ਾਰ ਰੁਪਇਆ ਹਾਂਜੀ 5 ਲੱਖ 20 ਹਜ਼ਾਰ ਰੁਪਇਆ ਜੀ 5 ਲੱਖ 20 ਹਜ਼ਾਰ ਰੁਪਇਆ ਸਰ ਫਾਈਨਲ ਕਿੰਨੇ ਦੀ ਦੇਣੀ ਹੈ 5 ਲੱਖ 25 ਹਜ਼ਾਰ ਰੁਪਇਆ ਬੋਲੋ 5 ਲੱਖ 25 ਹਜ਼ਾਰ ਰੁਪਇਆ ਜੀ 5 ਲੱਖ 25 ਹਜ਼ਾਰ ਰੁਪਇਆ 5 ਲੱਖ 25 ਹਜ਼ਾਰ ਰੁਪਇਆ ਜੀ 5 ਲੱਖ 25 ਹਜ਼ਾਰ ਰੁਪਇਆ ਦਸ ਮਾਡਲ ਦੀ ਇਮਰਾਨ 5 ਲੱਖ 25 ਹਜ਼ਾਰ ਰੁਪਇਆ 5 ਲੱਖ 30 ਹਜ਼ਾਰ ਰੁਪਇਆ ਹਾਂਜੀ 40 ਹਜ਼ਾਰ ਰੁਪਇਆ 5.5 ਲੱਖ ਰੁਪਇਆ ਬੋਲੋ ਨਹੀਂ ਜੀ 5.5 ਲੱਖ ਰੁਪਇਆ ਤੁਹਾਡਾ ਕੀ ਫਾਈਨਲ ਹੈ 7 ਲੱਖ ਰੁਪਇਆ ਹਾਂਜੀ ਕਿੰਨਾ 7 ਲੱਖ ਰੁਪਇਆ ਜੀ 7 ਲੱਖ ਰੁਪਇਆ ਤੇ 5.5 ਲੱਖ ਰੁਪਇਆ ਜੀ 5.5 ਲੱਖ ਤੋਂ ਹੈ ਕੋਈ ਉੱਤੇ ਦਾ ਜੀ 5.5 ਲੱਖ ਰੁਪਇਆ 5.5 ਲੱਖ ਰੁਪਇਆ ਜੀ ਦਸ ਮਾਡਲ ਦੀ ਇਮਰਾਨ 5.5 ਲੱਖ ਰੁਪਇਆ 5.5 ਲੱਖ ਰੁਪਇਆ ਜੀ 5.5 ਲੱਖ ਰੁਪਇਆ ਤੇ 7 ਲੱਖ ਰੁਪਇਆ ਹੈ ਕੋਈ 5.5 ਲੱਖ ਤੋਂ ਉੱਤੇ ਦਾ ਜੀ 5.5 ਲੱਖ ਰੁਪਇਆ 5 ਲੱਖ 60 ਹਜ਼ਾਰ ਰੁਪਇਆ ਜੀ ਬੋਲੋ 5 ਲੱਖ 60 ਹਜ਼ਾਰ ਰੁਪਇਆ ਜੀ 70 ਹਜ਼ਾਰ ਰੁਪਇਆ ਨਹੀਂ ਜੀ 75 ਹਜ਼ਾਰ ਰੁਪਇਆ 5 ਲੱਖ 75 ਹਜ਼ਾਰ ਰੁਪਇਆ ਇੱਕ ਜੀ 5 ਲੱਖ 75 ਹਜ਼ਾਰ ਰੁਪਇਆ ਦੋ ਜੀ 5 ਲੱਖ 75 ਹਜ਼ਾਰ ਰੁਪਇਆ ਤਿੰਨ ਜੀ ਲਾਲਾ ਜੀ ਇਹ ਗੱਡੀ ਇੱਥੇ ਸਿੱਧੀ ਕਰੋ ਕਿਹੜਾ ਮਾਡਲ 14-15 ਜੀ ਆ ਲਈਏ ਪੈਸੇ ਹਾਂਜੀ 30 ਲੱਖ ਰੁਪਇਆ ਜੀ 14-15 ਜੀ ਆ ਲਈ 30 ਲੱਖ ਰੁਪਇਆ ਜੀ 30 ਲੱਖ ਰੁਪਇਆ ਬੋਨਟ ਖੋਲੋ ਇਹਦਾ 30 ਲੱਖ ਰੁਪਇਆ ਜੀ 30 ਲੱਖ ਰੁਪਇਆ 14-15 30 ਲੱਖ ਰੁਪਇਆ ਜੀ 30 ਲੱਖ ਰੁਪਇਆ ਤਰੀ
ਲੱਖ ਰੁਪਏ ਡਿਮਾਂਡ ਕਰ ਰਹੇ ਜੀ। 14/15 ਦੀ GLI ਡਾਕੂਮੈਂਟ ਕਲੀਅਰ, ਬਾਇਓਮੈਟ੍ਰਿਕ ਕਲੀਅਰ, 30 ਲੱਖ ਰੁਪਇਆ ਜੀ, 30 ਲੱਖ ਰੁਪਇਆ। ਆਫਰ ਲਾਓ ਗੱਡੀ ਨੂੰ, 22 ਲੱਖ ਰੁਪਇਆ ਜੀ, 22 ਲੱਖ ਰੁਪਇਆ, 22 ਲੱਖ ਰੁਪਇਆ ਜੀ, 22 ਲੱਖ ਰੁਪਇਆ, 22 ਲੱਖ ਰੁਪਇਆ ਜੀ। 14/15 ਦੀ GLI 22 ਲੱਖ ਰੁਪਇਆ ਜੀ, 22 ਲੱਖ ਰੁਪਇਆ, 22,10,000 ਰੁਪਇਆ, 22,10,000 ਰੁਪਇਆ ਜੀ। 14/15 ਦੀ GLI 22,10,000 ਰੁਪਇਆ, 22,10,000 ਰੁਪਇਆ ਜੀ, 22,10,000 ਰੁਪਇਆ। ਸਰ ਕੀ ਸਾਢੇ ਬਾਈ ਲੱਖ ਰੁਪਇਆ ਜੀ। ਸਾਢੇ ਬਾਈ ਲੱਖ ਰੁਪਇਆ ਜੀ 14/15 ਦੀ GLI 22 ਲੱਖ ਰੁਪਇਆ 22 ਲੱਖ 60,000 ਰੁਪਇਆ ਬੋਲੋ 70,000 ਰੁਪਇਆ, ਨਹੀਂ ਜੀ 80,000 ਰੁਪਇਆ, ਪੂਰਾ 23 ਲੱਖ ਰੁਪਇਆ, ਨਹੀਂ ਜੀ 23 ਲੱਖ ਰੁਪਇਆ। 14/15 ਦੀ GLI 23 ਲੱਖ ਰੁਪਇਆ ਜੀ, 23 ਲੱਖ ਰੁਪਇਆ, 23 ਲੱਖ ਰੁਪਇਆ ਜੀ, 23 ਲੱਖ ਰੁਪਇਆ, 23 ਲੱਖ ਰੁਪਇਆ। 14/15 ਦੀ GLI 23 ਲੱਖ ਰੁਪਇਆ ਜੀ, 23 ਲੱਖ ਰੁਪਇਆ, 23,10,000 ਰੁਪਇਆ, ਹਾਂਜੀ 20,000 ਰੁਪਇਆ, 25,000 ਰੁਪਇਆ, ਪੂਰੇ 24 ਲੱਖ ਉਧਾਰ ਦੇ ਮੁਕਤੀ ਮੰਗਾਈਏ। ਕਹਿੰਦਾ ਜੀ 27 ਲੱਖ ਦੀ ਦੇਵਾਂਗਾ, 27 ਲੱਖ ਦੀ ਗੱਡੀ ਦੇਵਾਂਗਾ, 27 ਲੱਖ ਦੀ ਗੱਡੀ ਦੇਵਾਂਗਾ, 24 ਲੱਖ ਰੁਪਇਆ, 24 ਲੱਖ ਰੁਪਇਆ, 24 ਲੱਖ ਰੁਪਇਆ। ਇਹ ਕੋਈ 24 ਲੱਖ ਤੋਂ ਉੱਤੇ ਦਾ ਜੀ, 24 ਲੱਖ ਰੁਪਇਆ ਜੀ, 24 ਲੱਖ ਰੁਪਇਆ, 24 ਲੱਖ ਰੁਪਇਆ ਜੀ, 24 ਲੱਖ ਰੁਪਇਆ, 24 ਲੱਖ ਰੁਪਇਆ। ਇਹ ਕੋਈ 24 ਲੱਖ ਤੋਂ ਉੱਤੇ ਦਾ ਜੀ, 24 ਲੱਖ ਰੁਪਇਆ ਇੱਕ ਜੀ, 24 ਲੱਖ ਰੁਪਇਆ ਦੋ ਜੀ, 24 ਲੱਖ ਰੁਪਇਆ ਤਿੰਨ ਜੀ, ਗੱਡੀ ਕੱਟ ਅਪਾਰ ਜੀ। ਲਿਆਓ ਭਾਈ, ਲਿਆਓ ਲਿਆਓ ਲਿਓ, ਇੱਕ ਮਿੰਟ ਰਹਿ ਜਾ।
ਦੇਖ ਲੈਂਦੇ ਆ ਕੀ ਲੱਗਾ ਇਹਦਾ ਧੀ ਦਾ। ਆਟੋ ਹੈ ਅਜ਼ਾਨ ਹੋ ਰਹੀ ਹੈ ਉਧਰ ਦੇਰ ਮੈਂ ਹਮ ਗਾੜੀ ਦੇਖ ਲੇਂਗੇ ਸਾਇਲੈਂਟ ਮੈਂ ਰਹੂੰਗਾ ਯੇ ਦੇਖ ਲੇ ਆਪ ਇਸਮੇ ਚਾਰ ਪਿੱਛੇ ਬੈਠ ਸਕਤੇ ਹੈ ਦੋ ਇਧਰ ਚਾਰ ਔਰ ਦੋ ਛੇ ਔਰ ਦੋ ਫਰੰਟ ਪੇ ਠੀਕ ਹੋ ਗਿਆ ਆਠ ਬੰਦੇ ਜੋ ਹੈ ਇਸ ਗਾੜੀ ਕੇ ਅੰਦਰ ਸਫ਼ਰ ਕਰ ਸਕਦੇ ਆਠ ਆਠ ਆਸਾਨੀ ਸੇ ਬੈਠ ਸਕਤੇ ਹੈ ਵੈਸੇ ਬਿਠਾਨੇ ਪਏ ਤੋ ਆਪ ਦਸ ਵੀ ਬਿਠਾ ਸਕਤੇ ਹੈ ਜਾਪਾਨੀ ਗਾੜੀ ਹੈ ਆਟੋਮੈਟਿਕ ਟ੍ਰਾਂਸਮਿਸ਼ਨ ਮੈਂ 660 ਸੀਸੀ ਬਾਕੀ ਗਾੜੀ ਕੀ ਹੋਗੀ ਨਿਲਾਮੀ ਜੋ ਵੀ ਹੋਗੀ ਡਿਟੇਲਸ ਇਨਫਾਰਮੇਸ਼ਨ ਆਪਕੇ ਸਾਹਮਣੇ ਆ ਜਾਏਗੀ ਬਾਕੀ ਅਜ਼ਾਨ ਕੇ ਇਤਰਾਮ ਮੈਂ ਅਭੀ ਹਮਨੇ 5 ਮਿੰਟ ਕੇ ਲੀਏ ਸਾਇਲੈਂਟ ਕੀ ਕਰ ਦਿਆ ਵੀਡੀਓ ਸਾਇਲੈਂਟ ਨਹੀਂ ਹੋਗੀ ਯਾਰ